मम्मी हुण मेरी 12वीं दा देखो निकल गई अज मैं पता करके आया खालसा कॉलेज च एडमिशन बारे एडमिशन शुरू हो गई मेरे सारे आड़ी उत्थे ही लग रहे ने मैनू नहीं पता मैं तां कल्लू डैडी तों 20000 रुपया दवाई चंगा पुत कोई ना वधिया करिया तू पता करे आया मैं कर दी पुत हिला तू ना फिकर कर अच्छा पढ़न तां तैनू अगे जरूर लाउणा हां मम्मी पता की है मम्मी अगे कौन पढ़े लिखा दे जमाना है ना हां पुत हां ठीक है नहीं करी जांदा हुंदा है नहीं नहीं पुत वधिया तू हिम्मत कर अपनी मेहनत करता रह तैनू पढ़ने लावांगे अगे हां डैडी भी आ गया की सलाह करी जांदे मां पुत मैं तां ऐ कहनी है इहदी 12वीं तां हो गई हुण आपां इहनू कॉलेज च जरूर पढ़ाउणा है इहनू हटण नहीं देना पढ़न तों अगे पढ़ा के की करेंगी इहनू कम कार लाओ कोई खेती बाड़ी च मेरा हाथ बटाऊगा ले है देख पिछे हटना ਕੀ ਗਾ ਮੰਮੀ ਫਿਰ ਕੱਲੂ ਪੈਸੇ ਦੇ ਦੋ ਮੈਂ ਤਾਂ ਮੈਂ ਕੱਪੜੇ ਵਾਰ ਦੂੰਗਾ ਚੰਗਾ ਕੱਲੇ 20000 ਨਾ ਨਹੀਂ ਸਰ ਨਾ ਖਰਚੇ ਹੋਰ ਵੀ ਬਥੇਰੇ ਨੇ ਹੁਣ ਤਾਂ ਹਲੇ ਕੁੜੀ ਦਾ ਵਿਆਹ ਕਰਿਆ ਚੱਲ ਕੋਈ ਗੱਲ ਨਹੀਂ ਸਾਰਾ ਕੁਝ ਹੋ ਹੀ ਜਾਊਗਾ ਪਰ ਮੈਂ ਤਾਂ ਆਪਣੇ ਪੁੱਤ ਨੂੰ ਵਧੀਆ ਪੜਾਉਣਾ ਲਿਖਾਉਣਾ ਹੈ ਇਹਦੀ ਪੜ੍ਹਾਈ ਲਿਖਾਈ ਤੋਂ ਬਾਅਦ ਸਾਰਾ ਕੁਝ ਸੈੱਟ ਹੋ ਜਾਊਗਾ ਤੁਸੀਂ ਐ ਕਰੋ ਆੜਤੀ ਕੋਲ ਜਾਇਓ ਫਸਲ ਸਿੱਟ ਦਾਂਗੇ ਉਹਦੇ ਚੱਲ ਮੈਂ ਕਰਦਾ ਹੀਲਾ ਫਿਰ ਕੋਈ ਹੋਰ ਆੜਤੀ ਰਵੇ ਕਰਦਾ ਮੈਂ ਮੁੰਡੇ ਦੀ ਜ਼ਿੰਦਗੀ ਤਾਂ ਲੈਣ ਪੈ ਜੂਗੀ ਜੇ ਕੁਛ ਪੜੂ ਲਿਖੂਗਾ ਤਾਂ ਕੁਛ ਬਣੂਗਾ ਮਾੜਾ ਮੋਟਾ ਹੋ ਅੱਗੇ ਚੱਲ ਦੇਖਦੇ ਆ ਜਾ ਕੇ ਨਾਰਤੀ ਰਵੇ ਮੈਂ ਜਾਓ ਜਾਓ ਉਹ ਭਾਈ ਕਾਲਜ ਸਪਲੈਂਡਰ ਤੇ ਜਾਣਾ ਇਹਦੇ ਤੇ ਨਹੀਂ ਜਾਣਾ ਇਹਦੇ ਵੀਰ ਮਾਰ ਲੱਗਿਆ ਪਿਆ ਇਹਦੇ ਤੇ ਵੀ ਜਾਵਾਂਗੇ ਕਦੇ ਤਾਉਰੇ ਵੱਖਰੀ ਬਣੂਗੀ ਉਹ ਚੱਲ ਆ ਜਾ ਚੱਲੀਏ ਭਰਾਵਾ ਬੱਸ ਕਰ ਇਹਦਾ ਰੰਗ ਨਾ ਦਾਦੀ ਤੂੰ ਵੀਰ ਮਾਰ ਮਾਰ ਐਂ ਕਿ ਮੇਰਾ ਰੰਗ ਉਤਰ ਜੂ ਚੱਲ ਚੱਲੀਏ ਉਹ ਬੰਦੇ ਨਾਲ ਕਰਨੀ ਗੱਲ ਕਾਦੀ ਗੱਲ ਉਹ ਮੈਨੂੰ ਨਹੀਂ ਲੱਗਦਾ ਉਹਨੂੰ ਘਰੋਂ ਪੈਸੇ ਮਿਲਣਗੇ ਫੀਸ ਵਾਸਤੇ ਉਹ ਨਹੀਂ ਮਿਲਣਗੇ ਉਹਦੀ ਬੇਬੇ ਦਾ ਬਹੁਤ ਦਿਲ ਆ ਵੀ ਮੇਰਾ ਮੁੰਡਾ ਪੜ ਕੇ ਨੌਕਰੀ ਲੱਗੇ ਉਹ ਬੇਬੇ ਦਾ ਤਾਂ ਦਿਲ ਆ ਉਹਦੇ ਬਾਪੂ ਦਾ ਬਹੁਤ ਹੱਥ ਤੰਗ ਆ ਕਿਤੇ ਕੱਲ ਨੂੰ ਆਪਾਂ ਨੂੰ ਦੁੱਖ ਦਵੇ ਫੀਸ ਵਾਸਤੇ ਉਹ ਨਹੀਂ ਆਪਾਂ ਥੋੜੀ ਦਵਾਂਗੇ ਯਾਰ ਆਪੇ ਹੀਲਾ ਕਰੂਗਾ ਘਰੋਂ ਮਿਲ ਜਾਣਗੇ ਚੱਲ ਦੇਖਦੇ ਆ ਜਾ ਕੇ ਚੱਲ ਚੱਲੀਏ ਪੁੱਛਦੇ ਆ ਉਹ ਅੱਜ मूहरे फसल आ जूगी हो जाएंगे पूरे ही यार फसल सारी ब्याज च बग जूगी चलो ऐतकी ऐतकी कर दो गाह नूं मैं तुहानूं कहिंदा हैगा यार की तुसीं रोजे हुण जे जरूरी काम ती मैं तां ही तुहानूं कहिंदा सी जवाक दा काम बन गया वधिया पर उहने इक गल समझा दी ਵੀ ਆਪਦਾ ਦੇਖ ਕੇ ਖਰਚ ਕਰੇ ਆਪਦਾ ਕਾਲਜ ਚ ਕਿਤੇ ਉਂਝ ਨਵੇਂ ਮੁੰਡੇ ਖੁੰਡਿਆਂ ਦੇ ਮਗਰ ਲੱਗਿਆ ਫਿਰੀ ਜਾਵੇ ਨਹੀਂ ਨਹੀਂ ਐ ਤਾਂ ਉਹ ਸਿਆਣਾ ਹੈ ਸੱਚ ਅੱਜ ਨਾਲ ਚੱਲੂਗਾ ਆਪਣੇ ਕਿਸੇ ਤੇ ਵਧੀਆ ਬਹੁਤ ਮਿਹਨਤਾਂ ਕਰਾ ਕੇ ਪੈਸੇ ਦਿੱਤੇ ਨੇ ਆੜਤੀਆਂ ਨੇ ਚਲ ਸ਼ੁਕਰ ਹੈ ਰੱਬ ਦਾ ਜਵਾਕ ਦੀ ਜ਼ਿੰਦਗੀ ਬਣ ਜੂਗੀ ਜੇ ਪੜ੍ਹ ਲਿਖ ਰੂਗਾ ਦੋ ਨਾਵੇਂ ਮੰਮੀ ਮਮਾ ਹਾਂ ਪੁੱਤ ਮੈਂ ਚੱਲਿਆ ਕਾਲਜ ਪਰ ਪੈਸੇ ਪੁਹਾਂ ਦਾ ਕੋਈ ਪਤਾ ਨਹੀਂ ਤੁਸੀਂ ਕੋਈ ਨਾ ਪੁੱਤ ਪੈਸਿਆਂ ਦਾ ਵੀ ਬਣ ਜੂਗਾ ਬਣਾ ਲੱਗ ਤੇਰਾ ਕੰਮ ਪੜਨ ਦਾ ਅੱਛਾ ਬਸ ਤੇਰਾ ਤੇ ਇੱਕੋ ਕੰਮ ਹੈ ਪੁੱਤ ਤੈ ਆਪਣੇ ਰਾਹ ਤੋਂ ਨਹੀਂ ਭਟਕਣਾ ਠੀਕ ਹੈ ਆਪਣੀ ਮਿਹਨਤ ਕਰਦਾ ਰਹਿ ਮੇਰੀ ਮੰਮੀ ਜਿਉਂਦੇ ਰਹਿ ਮੈਂ ਮੇਰਾ ਨਾਲ ਦਾ ਪੁੱਤ ਜੀ ਉਹ ਮੰਮੀ ਲਿਆ ਕਰ ਪੈਸੇ ਨਾ ਮੇਰੇ ਆੜੀ ਆਉਣ ਨੇ ਮੈਂ ਤੇ ਨਹੀਂ ਪੁੱਤ ਪੈਸੇ ਦੇਣੇ ਰੱਬ ਦੀ ਕਿਰਪਾ ਨਾਲ ਪੁੱਤ ਤੇਰੇ ਪੈਸਿਆਂ ਦਾ ਇੰਤਜ਼ਾਮ ਬਣ ਗਿਆ ਹਾਂ ਉਹ ਆ ਗਿਆ ਭਈ ਆ ਗਿਆ ਯਾਰ ਉਹ ਤੋਂ ਬਣ ਜਾ ਗਿਆ ਲੈ ਲੈ
पढ़ दूगा न्याणा बन जूगी जिंदगी ओदी सानू भी सुख हो जूगा अगे पिछे की बचू तेरे को 2000 ओहदे नाल नी कॉलेज जाया जांदा ਵੀਰੇ 2000 ਰੁਪਏ ਨਾਲ ਤਾਂ ਮੈਂ 2 ਮਹੀਨੇ ਲਗਾ ਦੂੰਗਾ ਮੈਂ ਤਾਂ ਵੀਰੇ ਨਾਲੇ ਪੜ੍ਹਨ ਜਾਣਾ ਮੈਂ ਕਿਹੜਾ ਉੱਥੇ ਫਾਲਤੂ ਖਰਚਾ ਕਰਨਾ ਉਹ ਫਾਲਤੂ ਖਰਚਾ ਕਰਦਾ ਨਹੀਂ ਬੰਦਾ ਇਹ ਤਾਂ ਆਟੋਮੈਟਿਕ ਜੇਬ 'ਚੋਂ ਪੈਸੇ ਨਿਕਲੀ ਜਾਂਦੇ ਨੇ ਘੱਟੋ ਘੱਟ 5-7000 ਬੰਦੇ ਦੀ ਜੇਬ 'ਚ ਚਾਹੀਦਾ ਹਰ ਟਾਈਮ ਵੀਰੇ ਇੰਨੀ ਪਹੁੰਚ ਤਾਂ ਸਾਡੀ ਹੈ ਨਹੀਂ ਮੈਂ ਤਾਂ ਵੀਰੇ ਪੜ੍ਹਨ ਜਾਣਾ ਮੈਂ ਤਾਂ ਤੁਹਾਡੇ ਕਰਕੇ ਵੀ ਉਹ ਚੱਲ ਕੋਈ ਨਹੀਂ 1-2 ਦਿਨ ਜਾ ਕੇ ਦੇਖ ਚੱਲ ਬੈਠ ਤੂੰ ਤਾਂ ਆਪੇ ਹੀ ਜਾ ਕਰੇਂਗਾ ਪੈਸਿਆਂ ਹਾਂ ਆਪੇ ਕਹੇਗਾ ਪਾਪੇ ਨੂੰ ਦੇ ਪੈਸੇ ਮੈਨੂੰ ਚਾਹੋ ਬਹੁਤ ਆ ਵੀਰੇ ਅੱਜ ਚੱਲ ਸਭ ਤੋਂ ਵੀਰੇ चल जूनी का गेड़ा लागे चल घुमाने तेन रौनक भी भरन लग गई ਇਹ ਤਾਰੂ ਘਰਦਿਆਂ ਨੂੰ ਛੇਤੀ ਹੋ ਉਹ ਗੱਲ ਸੁਣ ਬਾਈ ਛੁੱਟੀ ਹੋ ਗਈ ਛੁੱਟੀ ਛਾਟੀ ਦਾ ਨਹੀਂ ਪਤਾ ਮੈਨੂੰ ਜ਼ਰੂਰੀ ਕੰਮ ਆਪਾਂ ਜਾਣਾ ਚਲੋ ਚੱਲੀਏ ਨਾਲੇ ਜਿਆਦਾ ਸੀਰੀਅਸ ਨਾ ਲੈ ਜੀ ਉਰੇ ਗੱਲ ਸੁਣੋ ਵੀਰੇ ਮੇਰੀ ਤੁਸੀਂ ਜਾਣਾ ਜਾਓ ਮੈਂ ਤਾਂ ਸ਼ਾਮ ਨੂੰ ਆਉਂਦਾ ਮੈਂ ਤਾਂ ਕਹਿੰਦਾ ਕਰੇ ਉਰੇ ਝੱਗਾ ਚੌੜ ਨਾ ਕਰਾ ਲਈ ਓਏ ਕਿਧਰੇ ਨਹੀਂ ਹੁੰਦਾ ਹੈਗਾ ਤੁਸੀਂ ਜਾਓ ਲੰਘ ਜਾਓ ਮੈਂ ਆ ਜਾਊਂਗਾ ਚੱਲ ਚੱਲੀਏ ਚੱਲ ਆਪਾਂ ਚੱਲੀਏ ਮੋਟਰਸਾਈਕਲ ਉੱਧਰ ਖੜਾ ਕੇ ਜਾਂਦੇ ਆ ਫਿਰ ਆਪਾਂ ਬਸ ਤੁਸੀਂ ਜਾਓ ਚੱਲ ਬਸ ਚੜੇ ਹੀ ਆਉਂਦਾ ਆਪੇ ਆ ਜਾਓ ਯਾਰ ਲੋਟ ਤੋਂ ਲੈ ਜਾਾਂਗੇ ਚੱਕਾ ਚੰਗਾ ਮੈਂ ਆਪੇ ਆ ਜਾਊਂ जवाब दे गया कहना कहा मेरे लवे ना जी दस ये बड़ा औखा हो गया फिर ऐ की बनूंगा फिर मैं तो नहीं हीला कर सकता कि तू हूं मेरे तो हाथ खड़े ने दस की करे फिर हूं चल उन्होंने घर ही बिठा ला होना पढ़ाने की लड़ ही नहीं है मैं चलिया हूँ भोग से जाके आना मैं ना ना पढ़ा तो उन्होंने जरूर है मैं किमें मर्जी हीला करा फिर पढ़ा ली इतों पढ़ा मेरे तो हों नहीं कहो चल मना कोई करना पेगा हीला देख दी है ता ही पुत चार अखर पढ़ूगा जे मैं माड़ा मोटा करूँगी तरारा ता ही असी उधरू भी जू ना पूछा किसी न फिर हाय हाय ਸੋ ਬੋਲ ਰਿਹਾ
ਸਾਰਾ ਦਿਨ ਧੰਦੇ ਨਹੀਂ ਮੁੱਕਦੇ ਹੈਗੇ। ਮੰਮੀ ਹਾਂ ਪੁੱਤ ਬਣੇ ਹੀ ਲੱਗ ਪਏ ਦਾ ਪੁੱਤ ਹੀਲਾ ਕਿਹੜਾ ਬਣਾਉਣਾ ਹੁਣ ਤੈਨੂੰ ਕੀ ਜ਼ਰੂਰਤ ਪੈ ਗਈ। ਉਹੀ ਤੈਨੂੰ ਕੱਲ੍ਹ ਦੱਸਿਆ ਤਾਂ ਹੈਗਾ ਸੀ ਮੈਂ ਫੀਸ ਭਰਨੀ 25,000 ਰੁਪਇਆ ਚਾਹੀਦਾ। ਦੱਸ ਮੈਂ ਕੀ ਕਰਾਂ ਪੁੱਤ ਆੜਤੀਏ ਨੇ ਉਹ ਜਵਾਬ ਦੇ ਤਾ। ਮੈਂ ਤਾਂ ਪੁੱਤ ਹੁਣ ਤੇਰੇ ਵਾਸਤੇ ਇੱਕ ਕੰਮ ਕਰ ਸਕਦੀ ਹਾਂ। ਆਹ ਮੇਰੀ ਬਾਂਹ 'ਚ ਚੂੜੀ ਪਾਈ ਵੀ ਹੈ ਇਹ ਲੈ ਜਾ ਤੂੰ ਵੇਚ ਕੇ ਆਪਣਾ ਕੰਮ ਸਾਰ ਲੈ। ਨਹੀਂ ਮੰਮੀ ਮੈਂ ਨਹੀਂ ਲੈਣੀ ਚੂੜੀ ਮੈਂ ਤੈਨੂੰ ਲੈ ਕੇ ਤਾਂ ਕੀ ਦੇ ਸਕਦਾ ਮੈਂ ਤੁਹਾਨੂੰ ਤਾਂ ਮੈਂ ਤੇ ਲੈ ਰਿਹਾ। ਨਹੀਂ ਪੁੱਤ ਕੋਈ ਨਾ ਨਹੀਂ ਨਹੀਂ ਮੰਮੀ ਮੈਂ ਪੁੱਤ ਮੈਨੂੰ ਤਾਂ ਇੰਨਾ ਹੀ ਹੌਸਲਾ ਬਥੇਰਾ ਹੈ ਮੇਰਾ ਪੁੱਤ ਪੜ੍ਹਦਾ। ਮੈਂ ਪੜ੍ਹਨ ਨੂੰ ਹਟ ਜਾਣਾ। ਨਹੀਂ ਪੁੱਤ ਤੂੰ ਪੜ੍ਹ ਕੇ ਕੋਈ ਨੌਕਰੀ ਲੱਗ ਜਾਏਗਾ ਮੈਂ ਫੇਰ ਕਰਾ ਲੂੰਗੀ ਚੂੜੀਆਂ। ਚੂੜੀਆਂ ਦਾ ਕੀ ਹੈ ਪੁੱਤ ਲੈ ਲਿਜਾ ਕੇ ਤੂੰ ਆਪਣੀ ਫੀਸ ਭਰ ਤੂੰ ਆਪਣੇ ਪੜ੍ਹ 'ਚ ਧਿਆਨ ਰੱਖ। ਲੋਕ ਵੀ ਕਹਿਣਗੇ ਵੀ ਤੇਰਾ ਨਲਾਇਕ ਪੁੱਤ ਆਪਣੀ ਮਾਂ ਦੇ ਕਹਿੰਦੇ ਵਿੱਚ ਦੇ। ਕੋਈ ਨਾ ਪੁੱਤ ਕੋਈ ਨਾ ਹੈ ਸਾਰਾ ਕੁਛ ਠੀਕ ਹੋ ਜਾਊਗਾ ਜਦ ਤੂੰ ਕੱਲ੍ਹ ਨੂੰ ਪੜ੍ਹ ਲੈ ਗਿਆ। ਘਰੇ ਤਾਂ ਹੁਣ ਜੀਓ ਨੀ ਲੱਗਦਾ ਹੈਗਾ ਪਤਾ ਕੀ ਆ ਜਦ ਰਾਤ ਨੂੰ ਪੈ ਜਾਣਾ ਐਂ ਜੀ 5 ਵਜੇ ਅੱਖ ਖੁੱਲ ਜਾਂਦੀ ਆ। 5 ਵਜੇ ਅੱਖ ਖੁੱਲ ਕੇ ਐਂ ਜੀ ਕਰਦਾ ਵੀ ਹੁਣੇ ਪਾ ਗਿਆ ਹੁਣੇ ਪਾ ਗਿਆ ਬੜਾ ਉੱਕਾ ਹੋ ਗਿਆ ਯਾਰ ਮੈਨੂੰ ਤਾਂ ਪਤਾ ਨਹੀਂ ਕੀ ਮੈਂ ਤਾਂ ਉਹਦੇ ਰੂਮ ਲੈਣਾ ਵੀਰੇ ਮੈਂ ਤਾਂ ਉਰੇ ਰਿਹਾ ਕਰੂੰਗਾ। ਓਏ ਐਡੀਆਂ ਗੱਲਾਂ ਨਾ ਕਰ ਝੱਗਾ ਚੌੜ ਕਰਾ ਲੇਗਾ ਵੀਰੇ ਮੈਨੂੰ ਤਾਂ ਉਰੇ ਦੀ ਆਦਤ ਪੈ ਗਈ ਤੁਹਾਨੂੰ ਸੱਚੀ ਗੱਲ ਦੱਸਾਂ ਫੀਸ ਭਰਨ ਨੂੰ ਪੈਸੇ ਨਹੀਂ ਮੈਨਾਂ ਉਰੇ ਰਹੂੰ। ਓਏ ਵੀਰੇ ਗੱਲ ਸੁਣ ਜੇ ਮੇਰੇ ਕੋਲ 10 ਕਿੱਲੇ ਹੁੰਦੇ ਨਾ ਜ਼ਮੀਨ ਦੇ ਇੰਨੇ ਨਜ਼ਾਰੇ ਲੈਣੇ ਸੀ ਓਏ ਤੈਨੂੰ ਕਿਹੜਾ ਰੱਖਣੇ ਸੀ ਉਹ ਵੀ ਵੇਚ ਦੇਣੇ ਸੀ ਤੇਰਾ ਹਾਲ ਸਾਲਿਆ ਹੋਣ ਵਾਲਾ ਹੀ ਹੋਣਾ ਸੀ। ਹੁਣ ਗੱਲ ਸੁਣੋ ਤਾਂ ਕਿ ਰੱਬ ਨੇ ਇਹਨੂੰ ਦਿੱਤੀ ਵੀ ਪਹਿਲਾਂ ਚਾਹ ਚੂ ਪੀਣੀ ਆ ਹਾਂ ਜਿਹੜੀ ਖੇਡੂ ਮਾੜੀ ਮੋਟੀ ਠੀਕ ਹੈ ਨਾ ਉਹ ਗੱਲ ਸੁਣ ਲੈ ਮੇਰੀ ਅਸੀਂ ਮਾੜੀ ਮੋਟੀ ਕਲਾਸ ਲਾ ਵੀ ਹੋਣਾ ਤੂੰ ਉਹ ਵੀ ਨਹੀਂ ਲਾਉਂਦਾ ਯਾਰ ਉਹ ਤੂੰ ਘਰਦਿਆਂ ਬਾਰੇ ਸੋਚ ਲਾ ਅਸੀਂ ਵੀ ਤਾਂ ਲੈਕਚਰ ਲਾ ਕੇ ਆਏ। ਗੱਲ ਸੁਣ ਵੀਰੇ ਮੇਰੀ ਉੱਥੇ ਇੱਕ ਬੰਦਾ ਮੈਂ ਗੱਠ ਲਿਆ ਠੀਕ ਹੈ ਨਾ ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ ਅਟੈਂਡੈਂਸ ਪੂਰੀਆਂ ਕਰਦਾ ਪੇਪਰ ਰਹੀ ਗੱਲ ਪੇਪਰਾਂ ਦੀ ਪੇਪਰ ਦੀ ਨਕਲ ਨੁਕਲ ਮਾਰ ਕੇ ਪਾਸ ਹੋ ਜਾਵਾਂਗੇ ਯਾਰ ਮੈਨੂੰ ਪਾਸ ਦੀ ਕੋਈ ਨਹੀਂ ਸਮਝਦਾ ਯਾਰ ਕਿਹਦਾ ਮੈਂ ਇਸ ਮੂਰੇ ਬੀਨ ਵਜਾਉਣ ਵਾਲਾ ਕੰਮ ਹੈ। ਗੱਲ ਸੁਣੋ ਯਾਰ ਇੱਕ ਮਿੰਟ ਹਾਂ ਹੁਣ ਤੁਸੀਂ ਉਹ ਮੈਨੂੰ ਉਰੇ ਦੀ ਲੱਤ ਲਾ ਕੇ ਤੁਸੀਂ ਉਹ ਕਹੀ ਜਾਂਦੇ ਹੋ ਅਸੀਂ ਤੈਨੂੰ ਪੜ੍ਹ ਪੜਾਇਆ ਦੀ ਕਾਲਜ ਖਾਲਸਾ ਚ ਤੂੰ ਫਿਰ ਇਹਨਾਂ ਉਰੇ ਨੀਲਾ ਭਾਵਨ ਉੱਥੋਂ ਤਾਂ ਕਹਿੰਦੇ ਤੇ ਗੱਲ ਆ ਕੇ ਕਹਿੰਦੇ ਐ ਸਾ ਉਰੇ ਜੀ ਆ ਉਹ ਹੁਣ ਮੈਨੂੰ ਇਹਦੀ ਆਦਤ ਪੈ ਗਈ ਤੁਸੀਂ ਜਦੋਂ ਵੀ ਯਾਰ ਤੂੰ ਬੋਲ ਰਿਹਾ ਤੂੰ ਬੋਲ ਰਿਹਾ ਜਦੋਂ ਸਰ ਆ ਯਾਰ ਕੋਈ ਮੇਰੇ ਹੁਣ ਆਉਣਾ ਹੋ ਬਸ ਤੂੰ ਕਹਿ ਚੱਲ ਉਹ ਕਦ ਕੁ ਖੁੱਲਣਗੇ ਇਹ ਕੋਈ ਕੰਮ ਨੀ ਕੋਈ ਕਾਰ ਨੀ ਬਾਪੂ ਕਹਿੰਦਾ ਤੂੰ ਪੜ੍ਹ ਬਸ ਪੜ੍ਹਦਾ ਤਾਂ ਹੈਗਾ ਹੁਣ ਚਲੋ ਚਲੋ ਚੱਲੀਏ ਚਲੋ ਖਾਈਏ ਕੁਛ ਕਲਾਸ ਲਾ ਲਾ ਤੂੰ ਕੋਈ ਤੈਂ ਕਿਹੜਾ ਸੁਣੀਆ ਸਾਡੀ ਯਾਰ ਪੇਪਰ ਤਾਂ ਬਹੁਤ ਵਧੀਆ ਹੋਏ ਤੇ ਪਤਾ ਨੀ ਯਾਰ ਕਰਤੀ ਤਾਂ ਪੱਟੀ ਮੇਸ ਹੁਣ ਘਰੇ ਕੀ ਕਹੇਗਾ ਘਰੇ ਤਾਂ ਯਾਰ ਮੈਂ ਐਵੇਂ ਕਹਿ ਦੂੰਗਾ ਵੀ ਹਾਲੇ ਰਿਜ਼ਲਟ ਨਹੀਂ ਆਇਆ। ਉਹ ਕਾਹਨੂੰ ਇੱਕ ਝੂਠ ਨੂੰ ਲੁਕਾਉਣ ਦਾ ਮਾਰਾ ਗਾਹਾਂ ਗਾਹਾਂ ਝੂਠ ਬੋਲੀ ਜਾਂਦਾ ਮੈਂ ਤਾਂ ਕਹਿੰਦਾ ਤੂੰ ਸੱਚ ਦੱਸ ਦੇ ਪਰ ਮੈਂ ਕਰਾਂਗੀ ਯਾਰ ਘਰਦਿਆਂ ਨੂੰ ਪਤਾ ਦਿਲ ਟੁੱਟ ਜਾਣਾ ਯਾਰ ਮੰਮੀ ਦਾ ਤਾਂ ਜਮਾਂ ਹੀ ਦਿਲ ਟੁੱਟ ਜਾਣਾ ਯਾਰ ਪਰ ਤੇਰਾ ਜੱਬ ਵੀ ਬਹੁਤ ਛੇੜਿਆ ਵਾ ਝੂਠ ਬੋਲ ਬੋਲ ਕੇ ਮੈਂ ਪੜ੍ਹਨ ਜਾਂਦਾ ਉਧਰ ਉਹ ਤੇਰੇ ਤੇ ਨੌਕਰੀ ਦੀ ਆਸ ਲਾਈ ਬੈਠੇ ਨੇ ਤੂੰ ਉਰੇ 12 ਕਰਦੇ ਸਾਰਾ ਟਾਈਮ ਖਰਾਬ ਕਰਦਾ ਤੈਂ ਇੱਕ ਸਾਲ ਚੜ੍ਹਦੇ ਦਾ 2 ਲੱਖ ਹੋ ਗਿਆ ਵੀਰੇ ਪਿਆਰ ਤੇ ਚੱਲ ਹੁਣ ਸਾਡਾ ਨਾ ਉਹਨਾਂ ਆਵੇ ਵਿੱਚ ਤੇਰੇ ਫੇਰ ਹੁਣ ਚਾਹਦਾ ਜਿਵੇਂ ਮਰਜ਼ੀ ਕਰ ਕੁਛ ਚੱਲਦੇ ਅਸੀਂ ਕਾਲਿਆ
चाचा जी। ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ? ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ। ਬਸ ਠੀਕ ਆ ਵਧੀਆ ਸਭ। ਆ ਜਾਓ ਇੱਧਰ ਸਾਹ ਚ ਬਹਿ ਜਾਓ। ਉਹ ਚਾਚਾ ਬਿੱਲਾ ਘਰ ਹੀ ਅੱਜ? ਉਹ ਘਰ ਹੀ ਹੋਊਗਾ, ਹੋਰ ਕਿੱਧਰ ਜਾਣਾ ਉਹਨੇ? ਫੋਨ ਨਹੀਂ ਚੱਕਿਆ ਵਾ। ਬਾਈ ਤੇ ਉੱਧਰ ਰੱਖਿਆ ਵਾ ਹੋਊਗਾ ਉਹਦਾ। ਅੱਛਾ, ਹੋਰ ਕੰਮ ਕਾਰ ਵਧੀਆ ਚੱਲਦਾ? ਬਸ ਠੀਕ ਆ ਜਿਹੜਾ ਹੈਗਾ। ਅੱਛਾ ਅੱਛਾ, ਤੇ ਤੁਹਾਡਾ ਰਿਜ਼ਲਟ ਆਉਣਾ ਸੀ ਅੱਜ? ਉਹ ਰਿਜ਼ਲਟ ਤਾਂ ਚਾਚਾ ਆ ਗਿਆ। ਫਿਰ ਕੀ ਬਣਿਆ? ਮੈਂ ਤਾਂ ਪਾਸ ਹੋ ਗਿਆ ਚਾਚਾ। ਤੂੰ? ਉਹ ਮੈਂ ਵੀ ਪਾਸ ਹਾਂ ਚਾਚਾ। ਸਾਡੇ ਵਾਲਾ? ਚਾਚਾ ਕੀ ਦੱਸੀਏ, ਉਹ ਤਾਂ ਫੇਲ ਹੋ ਗਿਆ। ਹੈਂ, ਫੇਲ ਹੋ ਗਿਆ? ਉਹ ਵੀ ਤਿੰਨ ਚਾਰ ਚੋਂ ਇੱਕ ਅੱਧੇ ਚੋਂ ਨਹੀਂ। ਉਹ ਤੁਸੀਂ ਸੱਚੀ ਕਹਿੰਦੇ ਹੋ? ਮੈਂ ਬਿਆਜੂ ਪੈਸਾ ਫੜ ਫੜ ਕੇ ਲਾਇਆ ਉਹਤੇ। ਉਹ ਚਾਚਾ ਉਹ ਨੀ ਕਦੇ ਐ ਸੋਚ ਕੇ ਚੱਲਿਆ ਵੀ ਸਾਡੇ ਪੈਸੇ ਫੜ ਕੇ ਲਾਏ ਹੋਏ ਨੇ, ਤਾਂ ਸਾਡੇ ਉੱਤੇ ਦੀ ਰਹਿੰਦਾ ਸੀ, ਪੈਸੇ ਜੇਬ ਚ ਰੱਖਦਾ ਸੀ ਮੋਟੇ। ਮੈਨੂੰ ਤਾਂ ਜ਼ਮੀਨ ਬਰਬਾਦ ਕਰਤਾ ਉਹਨੇ। ਹੈਗੇ ਤਾਂ ਉਹਦੇ ਯਾਰ ਆ ਚਾਚਾ, ਕਹਿੰਦੇ ਤਾਂ ਚੰਗੇ ਨਹੀਂ ਲੱਗਦੇ, ਪਰ ਤੇਰੇ ਕੰਨੀ ਦੇਖਿਆ ਨਹੀਂ ਉਹਨੇ। ਜਮਾਂ ਨਹੀਂ ਦੇਖਿਆ ਘਰ ਦੀ ਕਬੀਰਦਾਰੀ ਕਿੰਨੀ। ਮੇਰੇ ਕੰਨੀ ਕਾਹਨੂੰ ਦੇਖਣਾ ਉਹਨੇ? ਹੁਣ ਸਾਡੇ ਕੰਨੀ ਦੇਖ ਲਾ ਚਾਚਾ, ਲੋਕਾਂ ਭਾਦੇ ਅਸੀਂ ਐਸ਼ ਕਰਦੇ ਫਿਰਦੇ ਹਾਂ, ਪਰ ਅਸੀਂ ਆਪਦਾ ਸਰਕਲ ਆਪੇ ਚਲਾਉਂਦੇ ਹਾਂ, ਅੰਦਰੋਂ ਗੁਪਤੀ ਜੇ ਵੱਟੀਆਂ ਨੇ ਕਿਧਰ ਉਹਨਾਂ ਪੈਸੇ ਧੇਲਾ। ਉਹ ਤੁਹਾਡੇ ਕੋਲ ਤਾਂ ਚਾਰ ਡਲੇ ਵੀ ਹੈਗੇ ਨੇ, ਸਾਡੇ ਕੋਲ ਕੀ ਰੱਖਿਆ? ਅਸੀਂ ਤਾਂ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੇ ਹਾਂ। ਆਹੋ ਚਾਚਾ, ਇਹ ਤਾਂ ਹੈ, ਜੇ ਕਿਤੇ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦਾ ਗੱਲ ਹੋਰ ਹੋ ਜਾਣੀ ਸੀ। ਉਹੀ ਤਾਂ ਆਹੀ ਦੇਖਦੇ ਤੇ ਵੀ ਚੱਲ ਪੜ੍ਹ ਲਿਖ ਕੇ ਨੌਕਰੀ ਲੱਗ ਜੂਗਾ, ਤਾਂ ਹੀ ਵਿਆਹ ਤੇ ਚੱਕ ਤੱਕ ਪੈਸੇ ਲਾਈ ਗਿਆ ਮੈਂ। ਚੱਲ ਚਾਚਾ, ਮੇਰੇ ਕੰਮ ਯਾਦ ਆ ਗਿਆ, ਤਾਂ ਹੁਣ ਮੁੜਦੇ ਆ ਪਿਛੇ ਹੀ, ਤੂੰ ਘਰੇ ਜਾ ਕੇ ਖੋਰੂ ਨਾ ਪਾ ਲਈ। ਹੋਰ ਬਈ, ਫੋਨ ਆ ਗਿਆ ਉਹਦਾ, ਛੇਤੀ ਚੱਲ ਲਈਏ। ਹੋਰ ਸਾਨੂੰ ਪਿੱਛੋਂ ਕੰਮ ਹੈ ਥੋੜਾ ਜਿਹਾ, ਅਸੀਂ ਪਿਛੇ ਹੀ ਮੁੜਦੇ ਆ, ਹੁਣ ਤੁਹਾਡੇ ਘਰੇ ਨਹੀਂ ਜਾਂਦੇ। ਠੀਕ ਹੈ ਜੀ, ਚੰਗਾ ਜੀ, ਤੁਸੀਂ ਤਾਂ ਜਾਓ। ਪੁੱਛਦਾ ਮੈਂ ਘਰੇ ਜਾ ਕੇ ਉਹਨੂੰ, ਕਰਦਾ ਗੱਲ। ਪੜਿਆ ਉੱਥੇ ਇਹ ਤਾਂ ਐਸ ਉਡਾਉਂਦਾ ਫਿਰਿਆ ਉੱਥੇ ਮੋਟਰਸਾਈਕਲਾਂ ਤੇ, ਕਦੇ ਉੱਧਰ ਨੂੰ ਲੰਘ ਗਿਆ, ਕਦੇ ਉੱਧਰ ਨੂੰ ਲੰਘ ਗਿਆ। ਹਾਏ ਹਾਏ, ਪੁੱਤ ਤੂੰ ਆਪਣੀ ਮਾਂ ਬਾਰੇ ਤਾਂ ਸੋਚ ਲੈਂਦਾ, ਉਹ ਕਿਹੜਾ ਹਿੱਲਾ ਜਿਹੜਾ ਤੇਰੀ ਮਾਂ ਨੇ ਤੇਰੇ ਵਾਸਤੇ ਕਰਿਆ ਨੀ। ਤੇਰੀ ਪੜ੍ਹਾਈ ਵਾਸਤੇ ਮੈਂ ਤਾਂ ਆਪਣੇ ਹੱਥੋਂ ਚੂੜੀਆਂ ਵੀ ਦੇ ਦਿੱਤੀਆਂ। ਕੀ ਤੂੰ ਪੜ੍ਹ ਲੈਂਦਾ ਦੋਨੋਂ ਵੇ? ਚੂੜੀ ਵੇਚਤੀ? ਉਹ ਮਾੜਾ ਮੋਟਾ ਸੋਚ ਲੈਂਦਾ ਵੀ ਕੀ ਕੁਛ ਕਰਦੇ ਫਿਰਦੇ ਤੇਰੇ ਪਿੱਛੇ, ਆਪਦੇ ਗਹਿਣੇ ਗੱਟੇ ਵੇਚ ਕੇ ਤੈਨੂੰ ਪੜਾਉਣ ਦਾ ਹੀਲਾ ਕਰਦੇ ਆ। ਇਹ ਤਾਂ ਪੁੱਤ ਤਾਂ ਬਹੁਤ ਮਾੜਾ ਕਰਿਆ, ਤੇ ਆਪਣੀ ਮਾਂ ਦੀ ਲਿਹਾਜ਼ ਨਹੀਂ ਰੱਖੀ ਕੋਈ। ਪੁੱਤ ਤੈਨੂੰ ਐ ਨਹੀਂ ਦੀ ਕਰਨਾ ਚਾਹੀਦਾ, ਕੁਛ ਸਮਝਣਾ ਚਾਹੀਦਾ ਤੀ ਆਪਣੇ ਘਰ ਬਾਰੇ, ਘੱਟ ਤੋਂ ਘੱਟ ਆਪਣੀ ਮਾਂ ਦੇ ਪਿਆਰ ਨੂੰ ਦੇਖ ਲੈਂਦਾ ਤੂੰ ਵੀ ਮੇਰੀ ਮਾਂ ਕਿਹੜੇ ਹਿੱਲਿਆਂ ਨਾਲ ਤੇਰਾ ਕੰਮ ਕਰਦੀ ਫਿਰਦੀ ਹੈ। ਉਹ ਜੇ ਮੇਰੇ ਬਾਰੇ ਹੀ ਸੋਚਣਾ ਤੀ ਆਪਦੀ ਮਾਂ ਬਾਰੇ ਦਾ ਸੋਚਣਾ ਦਾ, ਕਿਹੜੇ ਹੀਲੇ ਕਰਕੇ ਤੈਨੂੰ ਫੀਸਾਂ ਭਰਾਉਂਦੀ ਰਹੀ ਆ? ਮੈਨੂੰ ਪਤਾ ਮੇਰੇ ਛੋਟੇ ਹੁੰਦੇ ਦੀ ਮਾਂ ਤੁਰ ਗਈ ਤੀ ਵੀ ਹਾਂ ਕਿਵੇਂ ਮੈਂ ਲੰਘਾਈ ਆਪਦੀ ਜ਼ਿੰਦਗੀ, ਤੈਂ ਤਾਂ ਸਾਰਾ ਕੁਛ ਬਰਬਾਦ ਕਰਤਾ ਸਾਡਾ, ਆਪਦਾ ਗਹਿਣਾ ਗੱਟਾ ਵੇਚ ਕੇ ਦੇਖ ਲੈ ਕੀ ਕੁਛ ਕਰਦੀ ਰਹੀ ਆ, ਮੇਰੇ ਤੋਂ ਚੋਰੀਆਂ ਵੇਚਿਆ ਦੇਖ ਲੈ। ਚੰਗੀ ਗੱਲ ਨਹੀਂ ਕਰੀ ਤਾਂ ਬੱਚੇ, ਸਾਰੀ ਆਸਾਂ ਤੇ ਪਾਣੀ ਫੇਰਤਾ ਤੈਂ। ਮੰਮੀ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਮੈਂ ਤੁਹਾਡੇ ਨਾਲ ਬਹੁਤ ਮਾੜਾ ਕਰਿਆ, ਮੈਂ ਤਾਂ ਰੱਬ ਨੇ ਵੀ ਨਹੀਂ ਮਾਫ਼ ਕਰਦਾ, ਮੈਂ ਆਪਣੇ ਮਾਂ ਬਾਪਾ ਦਾ ਦਿਲ ਦੁਖਾਇਆ ਇੰਨਾ। ਮੰਮੀ, ਮੈਂ ਤੇਰਾ ਸਾਊ ਪੁੱਤ ਬਣ ਕੇ ਦਿਖਾਊਂਗਾ। ਪੁੱਤੇ, ਹੁਣ ਤਾਂ ਬਹੁਤ ਟਾਈਮ ਲੰਘਾ ਤਾ, ਮੈਂ ਕਹਿੰਦਾ ਵਿੱਚ ਡੈਡੀ ਨਾਲ ਕੰਮ ਕਰਾਇਆ ਕਰੂੰਗਾ, ਮੈਨੂੰ ਮਾਫ਼ ਕਰ ਦਿਓ ਲਾਸਟ ਵਾਰੀ। ਮੰਮੀ, ਮੈਨੂੰ ਮਾਫ਼ ਕਰ ਦਿਓ, ਮੈਂ ਦੁਬਾਰੇ ਮਿਹਨਤ ਕਰੂੰਗਾ। ਮੈਂ ਤਾਂ ਪੁੱਤ ਤੇਰੀ ਜ਼ਿੰਦਗੀ ਵਾਸਤੇ ਸਾਰੇ ਹੀਲੇ ਵਸੀਲੇ ਕਰੇ ਵੀ ਤੂੰ ਇੱਕ ਚੰਗੇ ਇਨਸਾਨ ਦੀ ਜ਼ਿੰਦਗੀ ਜੀ ਸਕੇ, ਪਰ ਤੈਂ
ਕਿਸੇ ਦੀ ਸੁਣੀ ਨਹੀਂ ਪੁੱਤ ਹੁਣ ਤਾਂ ਤੇਰੇ ਹੱਥੋਂ ਸਮਾਂ ਲੰਘ ਗਿਆ ਹੁਣ ਮੇਰੇ ਮਾਂ ਫਿਰੀ ਉੱਥੇ ਪੱਟਾਂ ਤੇ ਹੁਣ ਨਹੀਂ ਕੁਛ ਬਣਦਾ ਤੇਰਾ ਕਿਵੇਂ ਲੱਗੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਅੱਛੀ ਵੀਡੀਓ ਬਣਾਈ ਹੈ ਬੇਟੇ ਸ਼ੇਅਰ ਦੇਣ ਵਾਲੀ ਵੀਡੀਓ ਹੈ ਅੱਛਾ ਕੰਮ ਕਰ ਰਹੇ ਨੇ ਬੱਚੇ ਜ਼ਰੂਰ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ।